ਛੱਡ ਦੇ ਯਾਰ ਤੂੰ ਬੇਫਿਕਰ ਰਹਿ ਕੇ ਨਾ ਹਾਂ ਅੱਗੇ ਪਾਰਟ ਦੀਆਂ ਤਿਆਰੀਆਂ ਹੈ ਜਾਵਾਂਗੇ ਜਾਵਾਂਗੇ ਬਾਈ ਜਾਵਾਂਗੇ ਪੜਦੇ ਲੱਲੂ ਪੰਜੂ ਨਹੀਂ ਹੈਗੇ ਸੋ ਅਸੀਂ ਆਪਦਾ ਇਤਿਹਾਸ ਚੰਗੀ ਤਰ੍ਹਾਂ ਜਾਣਦੇ ਹਾਂ ਤੇ ਇਤਿਹਾਸ ਅਸੀਂ ਦੁਹਰਾ ਰਹੇ ਹਾਂ ਸੋ ਆਹ ਕਿੱਲ ਏਡੇ ਏਡੇ ਕਿੱਲ ਇਹ ਅਸੀਂ ਜੜਾ ਜੜਾ ਕੇ ਰੱਖਾਂਗੇ ਵੀ ਕੇਂਦਰ ਸਰਕਾਰ ਨੇ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਕਿੰਨੇ ਦਿਨ ਹੋ ਗਏ ਬੈਰੀਗੇਡ ਲਾਈ ਜਾਂਦੇ ਨੂੰ ਇਹ ਅਸੀਂ ਹੁਣ ਖੜਿਆ ਕੇ ਜਾਵਾਂਗੇ ਕੋਈ ਸਾਨੂੰ ਅੱਥਰੂ ਵਹਿਣ ਦਾ ਡਰ ਨਹੀਂ ਕੋਈ ਸਾਡੇ ਤੇ ਚਾਹੇ ਗੋਲੀਆਂ ਚਲਾ ਲੈਣ ਚਾਹੇ AK-47 ਚਲਾ ਲੈਣ ਚਾਹੇ ਸਾਨੂੰ ਮਾਰ ਲੈਣ ਅਸੀਂ ਕਰਜ਼ੇ ਥੱਲੇ ਆ ਕੇ ਸਾਨੂੰ ਫਸਲ ਦਾ ਰੇਟ ਨਾ ਮਿਲਣ ਕਰਕੇ ਸਾਡੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਉਦੋਂ ਚੰਗਾ ਅਸੀਂ ਇੱਥੇ ਬਾਰਡਰ ਤੇ ਲੜ ਕੇ ਮਰ ਜਾਾਂਗੇ ਸਾਨੂੰ ਕੋਈ ਡਰ ਨਹੀਂ ਕੋਈ ਡਰ ਨਹੀਂ ਹਾਂ ਅਸੀਂ ਘਰੇ ਪੈ ਕੇ ਮਰਨ ਨਾਲੋਂ ਇੱਥੇ ਅਣਖ ਦੀ ਮੌਤ ਮਰਨਾ ਬਹੁਤ ਚੰਗਾ ਸਮਝਦੇ ਹਾਂ ਸੋ ਅਸੀਂ ਅਪੀਲ ਕਰਦੇ ਹਾਂ ਜਿਹੜੇ ਹਜੇ ਵੀ ਕਿਸਾਨ ਘਰੇ ਬੈਠੇ ਆ ਆ ਜਾਓ ਜੋਧਿਓ ਸੰਘਰਸ਼ ਦੇ ਵਿੱਚ ਹਿੱਸਾ ਪਾ ਲਓ ਜੀਵਨ ਨੂੰ ਬਣਾ ਲਓ ਸਫਲਾ ਐਵੇਂ ਘਰੇ ਬਹਿ ਕੇ ਮਰਨ ਨਾਲੋਂ ਇੱਥੇ ਆਉਣਾ ਚੰਗਾ ਹੈ ਇੱਥੇ ਕੋਈ ਗੋਲੀਆਂ ਨਹੀਂ ਚੱਲਣਗੀਆਂ ਕੋਈ ਨਹੀਂ ਚਲਾ ਲੈਣਗੇ ਫਿਰ ਵੀ ਕਿਹੜਾ ਆਪਾਂ ਨੂੰ ਡਰ ਹੈ ਇਤਿਹਾਸ ਸਿਰਜਿਆ ਜਾ ਰਿਹਾ ਕਿਸੇ ਦਾ ਇਤਿਹਾਸ ਸਿਰਜਿਆ ਜਾ ਰਿਹਾ ਬਾਈ ਜੀ ਅਸੀਂ ਵਾਰਸ ਗੁਰੂ ਗੋਬਿੰਦ ਸਿੰਘ ਦੇ ਹਾਂ ਅਸੀਂ ਕੱਚੀਆਂ ਕੜੀਆਂ ਦੇ ਵਾਰਸ ਹਾਂ ਅਸੀਂ ਮਹਿਲਾ ਵਾਲਿਆਂ ਨੂੰ ਹਰਾਉਣਾ ਜਾਣਦੇ ਹਾਂ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਸਿੰਘਾਂ ਨੇ ਹਰਾਇਆ ਸਾਡੇ ਤੇ ਗੁਰੂਆਂ ਦਾ ਓਟ ਆਸਰਾ ਅਸੀਂ ਘਰੋਂ ਗੁਰੂ ਘਰਾਂ ਦੇ ਵਿੱਚੋਂ ਅਰਦਾਸਾਂ ਕਰਕੇ ਚੱਲੇ ਹਾਂ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਸਾਡੇ ਉੱਤੇ ਅਕਾਲ ਪੁਰਖ ਦੀ ਪੂਰੀ ਕਿਰਪਾ ਹੈ ਜਿੰਨਾ ਟਾਈਮ ਸਾਡਾ ਅਕਾਲ ਪੁਰਖ ਤੇ ਭਰੋਸਾ ਹੈ ਸਾਨੂੰ ਹਰਾਉਣ ਵਾਲਾ ਕੋਈ ਪੈਦਾ ਨਹੀਂ ਹੋਇਆ ਸੱਚਾਈ ਦੀ ਹਮੇਸ਼ਾ ਜਿੱਤ ਹੋਈ ਆ ਇਹਨਾਂ ਬੁਰਾਈਆਂ ਦੀ ਹਮੇਸ਼ਾ ਹੀ ਹਾਰ ਹੋਈ ਆ ਤੇ ਅੱਗੇ ਵੀ ਹੁੰਦੀ ਰਹੇਗੀ ਪੜਤੇ ਜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਖਨੌਰੀ ਬਾਰਡਰ ਤੇ ਜੋ ਖਿੱਲ ਲਾਏ ਗਏ ਸੀ ਸੜਕ ਦੇ ਉੱਤੇ ਕਿਸਾਨਾਂ ਦੇ ਵੱਲੋਂ ਹੁਣ ਖਿੱਲਾਂ ਨੂੰ ਪੱਟ ਦਿੱਤਾ ਗਿਆ ਤੇ ਕੁਝ ਹੀ ਸਮੇਂ ਬਾਅਦ ਕਿਸਾਨਾਂ ਦਾ ਕਹਿਣਾ ਹੈ ਕਿ ਬਾਰਡਰ ਦੇ ਪਰਲੇ ਪਾਸੇ ਹੋਵਾਂਗੇ ਬਾਬਾ ਪੜਦੇ ਗੱਲ ਬਾਬਾ ਜੀ ਕੱਟ ਲੈ ਪੜਦੇ ਗੱਲ ਫਿਰ ਐ ਜਾਉਂਗੇ ਪਾਸੇ ਪਰਲੇ ਕਿਸਾਨਾਂ ਨੇ ਸਾਰੇ ਕਿੱਲ ਪੱਟਤੇ ਤੇ ਹੁਣ ਕਹਿੰਦੇ ਨੇ ਕਿ ਪਰਲੇ ਪਾਸੇ ਜਾ ਕੇ ਰਹਾਂਗੇ ਇੰਨੇ ਇਕੱਠੇ ਹੀ ਪੱਟ ਲਏ ਤੁਸੀਂ ਠੀਕ ਹੈ ਕਿੱਲ ਪੱਟ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਜੋ ਇੱਥੇ ਕਿੱਲ ਵਿਛਾਏ ਗਏ ਸੀ ਤਾਂ ਹੁਣ ਅੱਗੇ ਕਿਸਾਨਾਂ ਦਾ ਕਹਿਣਾ ਕਿ ਜ਼ਰੂਰ ਉਹ ਵਧਣਗੇ ਇਹਨਾਂ ਨੇ ਪੱਟੇ ਕਿੱਲ ਹੈ ਠੀਕ ਹੈ ਤਾਂ ਕਿਸਾਨਾਂ ਨੇ ਸਾਰੇ ਕਿੱਲ ਜਿਹੜੇ ਲਗਾਏ ਗਏ ਸੀ ਪੱਟ ਦਿੱਤੇ ਨੇ ਕਿਉਂਕਿ ਟਰੈਕਟਰਾਂ ਦਾ ਟਰੈਕਟਰਾਂ ਦੇ ਟਾਇਰਾਂ ਦਾ ਨੁਕਸਾਨ ਹੋ ਸਕਦਾ ਸੀ ਤਾਂ ਹੁਣ ਕਿਸਾਨ ਇਹਨਾਂ ਕਿੱਲਾਂ ਨੂੰ ਪੱਟਣ ਤੋਂ ਬਾਅਦ ਅੱਗੇ ਵਧਣ ਦੀ ਇੱਕ ਕੋਸ਼ਿਸ਼
ਕਰਦੇ ਦਿਖਾਈ ਦੇਣਗੇ ਕੁਝ ਸਮੇਂ ਬਾਅਦ। ਕਿੱਦਾਂ ਕਿੱਦਾਂ ਨਹੀਂ ਸ਼ਰਤ ਆਈ ਜਿਹੜਾ ਮੇਰੇ ਤੋਂ ਪੱਟਾ ਮਸਲੇ।